ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਐਂਡ ਜਿੱਦਾਂ ਤੁਹਾਡਾ ਪ੍ਰੋਮਿਸ ਕੀਤਾ ਸੀ ਵੀ ਆਰ ਬੈਕ ਅਗੇਨ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਪੁਰਾਣੀ ਵੀਡੀਓ ਨੂੰ ਦੇਖਿਆ ਕਮੈਂਟ ਕੀਤੇ ਸਬਸਕ੍ਰਾਈਬ ਵੀ ਚੈਨਲ ਨੂੰ ਕੀਤਾ ਵੀ ਵੁੱਡ ਲਾਈਕ ਟੂ ਸੇ ਥੈਂਕ ਯੂ ਟੂ ਆਲ ਆਫ ਯੂ ਲਾਈਕ ਸਾਡੇ ਐਫਰਟ ਨੂੰ ਤੁਸੀਂ ਐਪਰੀਸ਼ੀਏਟ ਕੀਤਾ ਸਾਨੂੰ ਇਹਦੇ ਨਾਲੋਂ ਵੱਡੀ ਕੋਈ ਵੀ ਰਿਵਾਰਡ ਨਹੀਂ ਆ ਅਸੀਂ ਅੱਜ ਜਾ ਰਹੇ ਹਾਂ ਕੈਲਗਰੀ ਤੋਂ ਸਾਊਥ ਨੂੰ 125 ਕਿਲੋਮੀਟਰ ਦੂਰ ਕੈਲਗਰੀ ਤੋਂ ਨਿਕਲ ਕੇ ਬਾਹਰ ਹੈਗਾ ਆ ਇਹ ਟਾਊਨ ਛੋਟਾ ਜਿਹਾ ਟਾਊਨ ਹੈ ਜੀ ਤਕਰੀਬਨ 3000 ਦੀ ਆਬਾਦੀ ਆ ਖਾਸੀਅਤ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਇਮੀਗ੍ਰੇਸ਼ਨ ਦੇ ਲਈ ਇਹ ਜਿਹੜਾ ਹੈਗਾ ਆ ਸਾਡੇ ਪਾਇਲਟ ਪ੍ਰੋਜੈਕਟ ਜਿਹੜਾ ਆ ਗਵਰਨਮੈਂਟ ਆਫ ਕੈਨੇਡਾ ਦਾ ਜਿਹੜਾ ਅਲਬਰਟਾ ਦਾ ਇੱਕੋ ਇੱਕ ਟਾਊਨ ਹੈ ਜਿਹਨੂੰ ਪਿੱਕ ਕੀਤਾ ਗਿਆ ਇਹਦੇ ਵਿੱਚ ਤੁਸੀਂ ਜੇ ਤੁਹਾਨੂੰ ਕੋਈ ਸਪੋਂਸਰ ਕਰਦਾ ਆ ਕਿਤੇ ਤੁਸੀਂ ਅਪਲਾਈ ਕਰੋ ਜੋਬ ਜੇ ਤੁਸੀਂ ਬਾਹਰ ਇੰਡੀਆ ਜਾਂ ਪਾਕਿਸਤਾਨ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਆ ਤੁਸੀਂ ਅਪਲਾਈ ਕਰ ਸਕਦੇ ਹੋ ਡਾਇਰੈਕਟਲੀ ਕਲੈਸ਼ ਆਫ ਦੀ ਸਾਈਟ ਤੇ ਜਾ ਕੇ ਵੀ ਤੁਹਾਨੂੰ ਅਸੀਂ ਡਿਸਕ੍ਰਿਪਸ਼ਨ ਦੱਸ ਦਿਆਂਗੇ ਤੁਸੀਂ ਦੇਖ ਸਕਦੇ ਆ ਤੁਹਾਨੂੰ ਅਸੀਂ ਲੀਗਲ ਕਿਸੇ ਐਡਵਾਈਜ਼ਰ ਦਾ ਵੀ ਲਿੰਕ ਨਾਲ ਪਾ ਦਿਆਂਗੇ ਕਿ ਤੁਸੀਂ ਅਗਰ ਤੁਸੀਂ ਲਾਈਕ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਸੈਕਿੰਡ ਚੀਜ਼ ਇਹਦੇ ਵਿੱਚ ਇੱਕ ਬਹੁਤ ਵਧੀਆ ਆ ਵੀ ਜਿਹੜੇ ਕੋਈ ਵੀ ਬੰਦਾ ਬਿਜ਼ਨਸ ਇਨਵੈਸਟਮੈਂਟ ਕਰਨੀ ਚਾਹੁੰਦਾ ਆ ਉਹਦੇ ਲਈ ਵੀ ਬਹੁਤ ਗੁੱਡ ਆਪਰਚੁਨਿਟੀ ਹੈਗੀ ਆ ਛੋਟਾ ਜਿਹਾ ਟਾਊਨ ਹੈ ਐਂਡ ਪ੍ਰੋਪਰਟੀਜ਼ ਬਹੁਤੀਆਂ ਮਹਿੰਗੀਆਂ ਨਹੀਂ ਹੈਗੀਆਂ ਜ਼ਿਆਦਾ ਲਾਈਕ ਯੂ ਨੋ ਇਟਸ ਵੈਰੀ ਗੁੱਡ ਆਪਰਚੁਨਿਟੀ ਫॉर द ਬਿਜ਼ਨਸ ਪਰਸਨ ਐਂਡ ਇੱਕ ਹੋਰ ਹਿਸਟੋਰੀਕਲ ਫੈਕਟ ਵੀ ਹੈਗਾ ਇਹਦਾ ਟਾਊਨ ਦਾ ਉਹ ਹੈਗਾ ਵਰਲਡ ਵਾਰ 2 ਦੇ ਵਿੱਚ ਇੱਥੋਂ ਦਾ ਜਿਹੜਾ ਏਅਰਪੋਰਟ ਹੈ ਉਹ ਯੂਜ਼ ਕੀਤਾ ਗਿਆ ਅੱਜ ਮਿਊਜ਼ੀਅਮ ਦੇ ਵਿੱਚ ਕਨਵਰਟ ਕੀਤਾ ਹੈ ਉਹਨੂੰ ਮੈਂ ਟਰਾਈ ਕਰੂੰਗਾ ਬੰਦ ਹੈ ਗਿਆ ਕੋਵਿਡ-19 ਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਬੰਦ ਆ ਬਟ ਮੈਂ ਤੁਹਾਨੂੰ ਟਰਾਈ ਕਰੂੰਗਾ ਜੇ ਮੈਂ ਤੁਹਾਨੂੰ ਦਿਖਾ ਸਕਾਂ ਅੰਦਰ ਤਾਂ ਨਹੀਂ ਦਿਖਾ ਸਕਦਾ ਪਰ ਬਾਹਰੋਂ ਜ਼ਰੂਰ ਦਿਖਾ ਲੂੰਗਾ ਮੈਂ ਆਉਂਦੀ ਸਿਮ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਵੈਦਰ ਬਹੁਤ ਸੋਹਣਾ ਕਲਾਉਡੀ ਆ ਤੇ ਜਿਹੜੀ ਅਲਬਰਟਾ ਦੀ ਫਾਲ ਹੈ ਇਸ ਸਾਲ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਮੈਂ ਕੱਲ ਹੀ ਕਿਤੇ ਸੀਬੀਸੀ ਤੇ ਪੜ੍ਹੀ ਜਾਂਦਾ ਸੀ ਵੀ ਸਨੋਅ ਦਾ ਜਿਹੜਾ ਟਾਈਮ ਉਹ ਆ ਗਿਆ ਤੇ ਮੋਸਟ ਪ੍ਰੋਬਬਲੀ ਇਸ ਸਾਲ ਜਿਹੜੀ ਸਨੋਅ ਉਹ ਜ਼ਿਆਦਾ ਪਊਗੀ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਤੇ ਪਰ ਜੋ ਤੁਸੀਂ ਅੱਜ ਦੀ ਡੇਟ 'ਚ ਦੇਖ ਰਹੇ ਹੋ ਜਿਹੜੀ ਫਾਲ ਹੈ ਅਲਬਰਟਾ ਦੀ ਇਟਸ ਵੈਰੀ ਬਿਊਟੀਫੁਲ ਤੇ ਪਿਛਲੇ 10 ਸਾਲਾਂ ਦਾ ਰਿਕਾਰਡ ਟੁੱਟ ਚੁੱਕਿਆ ਹੈ ਕਿ ਜਿਹੜੀ ਫਾਲ ਆ ਥੋੜ੍ਹੀ ਜਿਹੀ ਸਟ੍ਰੈਚ ਹੋਈ ਆ ਨਾਰਮਲੀ ਅਕਤੂਬਰ 1st ਵੀਕ ਇੱਥੇ ਸਨੋਅ ਪੈ ਜਾਂਦੀ ਹੈ ਪਰ ਇਸ ਸਾਲ ਹਜੇ ਤੱਕ ਸਨੋਅ ਨਹੀਂ ਪਈ ਜਿਹਦੇ ਕਰਕੇ ਐਤ ਕੀ ਥੋੜ੍ਹੀ ਐਕਸਟੈਂਡਡ ਫਾਲ ਦੇਖਣ ਨੂੰ ਮਿਲ ਰਹੀ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਦ ਵੈਦਰ ਇਜ਼ ਬਿਊਟੀਫੁਲ ਜਿਹੜੀ ਜੀ ਤੁਸੀਂ ਅਕਸਰ ਡਰਦੇ ਹੁੰਦੇ ਆ ਓਵਰ ਸਪੀਡ ਦੇ ਚੱਕਰ 'ਚ ਆ ਸਾਡੇ ਵੀਰ ਭਰਾ ਜੀ ਰੁਕੇ ਗਏ ਨੇ ਤੇ ਜਿਵੇਂ ਤੁਸੀਂ ਲਾਈਟਾਂ ਲੱਗੀਆਂ ਦੇਖ ਲਈਆਂ ਦੇਖੋ ਕਿੰਨੇ ਦੀ ਹੁਣ ਲੱਗਦੀ ਹੈ ਇਹਨਾਂ ਨੂੰ ਭਾਜੀ ਜੇ ਆਈਡੀਆ ਲਾਵੇ 300 ਦੀ ਤਾਂ ਜਾਊਗੀ 300-350 ਹਾਈਵੇ ਦੀ ਸਪੀਡ ਤੇ ਇੰਨਾ ਕਿ ਤਾਂ ਗਿਆ ਖੂਬਸੂਰਤ ਬਿਲਡਿੰਗ ਬਿਜ਼ਨਸ ਇਮੀਗ੍ਰੇਸ਼ਨ ਤੇ ਨਾਲ ਦੀ ਨਾਲ ਇਸ ਛੋਟੇ ਜਿਹੇ ਟਾਊਨ ਦਾ ਇਤਿਹਾਸ ਤੇ ਇਸ ਛੋਟਾ ਜਿਹਾ ਟਾਊਨ ਦੇ ਉੱਥੋਂ ਦੀ ਆਬਾਦੀ ਕਿੰਨੀ ਹੈ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਉਹਦੇ ਬਾਰੇ ਸਾਰੇ ਬਾਰੇ ਆਪਾਂ ਗੱਲ ਕਰਾਂਗੇ ਤਕਰੀਬਨ 3,000 ਦੀ ਆਬਾਦੀ ਹੈਗੀ ਆ ਬਾਕੀ ਸਰਾਊਂਡਿੰਗ ਏਰੀਆ ਪੈਂਦਾ ਪਰ ਹਾਈਵੇ ਕਰਕੇ ਨਾ ਹਾਈਵੇ 2 ਜਿਹੜਾ ਜਾਂਦਾ ਹੈਗਾ USA ਨੂੰ ਜਾਂਦਾ ਹੈ ਹਾਈਵੇ ਇੱਕ ਮੇਨ ਜਿੱਥੇ ਫੂਡ ਕੋਰਟ ਵਗੈਰਾ ਹੈਗੇ ਸਾਰੇ ਅਸੀਂ ਉੱਥੇ ਪਹੁੰਚ ਗਏ ਹਾਂ ਤੁਹਾਨੂੰ ਨਾਲ ਨਾਲ ਜਿੱਥੇ ਜਿੱਦਾਂ ਅਸੀਂ ਜਾਵਾਂਗੇ ਉੱਥੋਂ ਤੋਂ ਤੁਹਾਨੂੰ ਬਿਜ਼ਨਸ ਦਿਖਾਉਂਦੇ ਜਾਂਦੇ ਹਾਂ ਇੱਥੋਂ ਅਸੀਂ ਵੀ ਥੋੜ੍ਹਾ ਜਿਹਾ ਕਾਫੀ ਕੋਫੀ ਲੈ ਲਈਏ ਗਰਮ ਹੋ ਲਈਏ ਸੋ ਅਸੀਂ ਪਹੁੰਚ ਚੁੱਕੇ ਹਾਂ ਸਿਟੀ ਆਫ ਕਲੇਰਸ਼ਮ ਅਲਬਰਟਾ ਦੇ ਵਿੱਚ ਛੋਟਾ ਜਿਹਾ ਟਾਊਨ ਇਸ ਟਾਊਨ ਦੇ ਵਿੱਚ ਤੁਹਾਨੂੰ ਹਰ ਲੋੜੀਂਦੀ ਚੀਜ਼ ਮਿਲ ਜੂਗੀ ਮਹਾਟਨਸ ANW ਰਹਿਣ ਸਹਿਣ ਲਈ ਹੋਟਲ ਰਾਈਟ ਤੇ ਆਪਣੀ ਕਮਿਊਨਿਟੀ ਦੇ ਲੋਕ ਇੱਧਰ ਕਾਫੀ ਮੂਵ ਹੋ ਰਹੇ ਹਨਾ ਭਾਜੀ ਪਿਛਲੇ ਕੁਛ ਕੁ 6-7 ਮਹੀਨੇ ਜਦੋਂ ਦੀ ਆ ਰਹੇ ਨੇ ਹਾਂ ਇਮੀਗ੍ਰੇਸ਼ਨ ਪਰਪਸ ਦੇ ਨਾਲ ਕਾਫੀ ਲੋਕਾਂ ਨੇ ਜੌਬਸ ਲਈਆਂ ਹੈਗੀਆਂ ਤੇ ਜਿਹੜੇ ਕੁਛ ਵਿਜ਼ਟਰ ਆਏ ਸੀ ਜਾਂ ਕੁਛ ਇੱਥੇ ਲਖਨਊ ਬਿਜ਼ਨਸ ਲਈ ਪਰਮਿਟ ਤੇ ਸੀਗੇ ਮੂਵ ਹੋ ਗਏ ਤਾਂ ਜ਼ਿਆਦਾਤਰ ਇਨਕੁਆਇਰੀ ਜਿਹੜੀਆਂ ਕਹਿੰਦੇ ਇੰਡੀਆ ਤੋਂ ਆ ਰਹੀਆਂ ਉਹ ਬਿਜ਼ਨਸ ਇਨਕੁਆਇਰੀਜ਼ ਬਹੁਤ ਆ ਰਹੀਆਂ 2-2.5 ਲੱਖ ਦੀ ਇਨਵੈਸਟਮੈਂਟ ਹੈਗੀ ਆ ਡਾਲਰ ਦੀ ਜਿਹੜੀ ਭਈ ਉਹ ਕਰਕੇ ਤੁਸੀਂ ਇੱਥੇ ਕੋਈ ਬਿਜ਼ਨਸ ਖੋਲ ਸਕਦੇ ਪਰ ਇੰਨੇ ਦੇ ਨਾਲ ਬਿਜ਼ਨਸ ਜਿਹੜਾ ਆ ਥੋੜਾ ਜਿਹਾ ਕਈ ਵਾਰ ਜ਼ਿਆਦਾ ਲੱਗ ਜਾਂਦੇ ਬਿਜ਼ਨਸ ਤੇ ਟਾਊਨ ਦੀ ਜ਼ਰੂਰ ਇੰਨੀ ਹੈਗੀ ਆ ਸੋ ਟਾਊਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਟਾਊਨ ਇਮੀਗ੍ਰੈਂਟਸ ਨੂੰ ਬੜੇ ਖੁੱਲੇ ਹੱਥਾਂ ਨਾਲ ਸਵਾਗਤ ਕਰ ਰਿਹਾ ਵੀ ਤੁਸੀਂ ਆਓ ਇਸ ਟਾਊਨ 'ਚ ਰਹੋ ਅਸੀਂ ਕਲੈਸ਼ਹੋਮ ਟਾਊਨ ਦੇ ਵਿੱਚ ਪਹੁੰਚ ਗਏ ਹਾਂ ਕਲੈਸ਼ਹੋਮ ਜਿਹੜਾ ਹੈਗਾ ਇਹ ਇੱਕ 3,000 ਦੀ ਆਬਾਦੀ ਦੇ ਨਾਲ ਬਣਿਆ ਆ ਟਾਊਨ ਛੋਟਾ ਜਿਹਾ ਇਹ ਟਾਊਨ ਹੈਗਾ
ਜਿਹਦੇ ਵਿੱਚ ਅਸੀਂ ਤੁਹਾਨੂੰ ਜ਼ਿਆਦਾ ਲੈ ਕੇ ਇੱਥੇ ਕਿਉਂ ਆਏ ਹਾਂ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਮੇਨ ਸਾਡਾ ਮਕਸਦ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਜਿਹੜੀ ਆ ਇੱਥੇ ਲਾਈਕ ਬਹੁਤ ਸਾਰੇ ਆਪਣੇ ਜਿੰਨੇ ਵੀ ਪੰਜਾਬੀ ਪੀਟ ਹੈ ਦੇ ਵਾਂਚ ਇਮੀਗ੍ਰੈਂਟ ਟੂ ਕੈਨੇਡਾ, ਉੱਦਾਂ ਦੇ ਜਿਹੜੇ ਟਾਊਨ ਹੈ ਲਾਈਕ ਐਲਵਰਡਰ ਸਾਡਾ ਪਹਿਲਾ ਹੀ ਟਾਊਨ ਹੈ ਜਿਹੜਾ ਰੂਰਲ ਏਰੀਆ ਦੇ ਵਿੱਚ ਆਇਆ। ਇਹਨੂੰ ਲਾਈਕ ਪਾਇਲਟ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਚੁੱਕਿਆ ਹੈ, ਕੁਛ ਕੁਛ ਜਿਹੜੇ ਲੋਕ ਕੁਛ ਲੋਕਾਂ ਦੇ ਆਲਰੇਡੀ ਅਪਲਾਈ ਹੋ ਚੁੱਕੇ ਆ। ਤੁਸੀਂ ਕਿਸੇ ਵੀ ਬਿਜ਼ਨਸ ਨੂੰ ਕੰਟੈਕਟ ਕਰ ਸਕਦੇ ਹਾਂ ਕਿਸੇ ਇਮੀਗ੍ਰੇਸ਼ਨ ਦੇ ਲਈ, ਜਾਂ ਤੁਹਾਨੂੰ ਅਸੀਂ ਕੁਛ ਲੀਗਲ ਐਡਵਾਈਜ਼ਰ ਜਿਹੜੇ ਹੈਗੇ ਉਹਨਾਂ ਦੇ ਵੀ ਲਿੰਕ ਦੇ ਦਿਆਂਗੇ, ਵੀ ਉਹ ਤੁਸੀਂ ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ। ਇੱਕ ਸਭ ਤੋਂ ਵਧੀਆ ਲਿੰਕ ਜਿਹੜਾ ਆ ਜੇ ਤੁਸੀਂ ਸਟੱਡੀ ਕਰਨਾ ਤਾਂ ਤੁਹਾਨੂੰ ਟਾਊਨ ਆਫ ਕਲਰਸ਼ੋਮ ਜਿਹੜਾ ਆ ਅਸੀਂ ਉਹਦਾ ਲਿੰਕ ਦਿਆਂਗੇ। ਤੁਸੀਂ ਉਹਦੇ ਉੱਤੇ ਜਾ ਕੇ ਤੁਸੀਂ ਕੀ ਤੁਸੀਂ ਕਿੱਥੇ ਚੀਜ਼ ਲਈ ਕੁਆਲੀਫਾਈ ਕਰਦੇ ਆ ਉਹ ਤੁਹਾਡਾ ਦੇਖਣਾ ਆਪਣਾ ਫਰਜ਼ ਆ ਜੇ ਤੁਸੀਂ ਪੜ੍ਹੇ ਲਿਖੇ ਆ। ਹਾਂ, ਪੜ੍ਹਿਆ ਲਿਖਿਆ ਹੋਣਾ ਵੀ ਜ਼ਰੂਰੀ ਆ ਇਹਦੇ ਵਿੱਚ ਜੇ ਆਉਣਾ ਆ ਅੱਗੇ, ਜਿੱਦਾਂ ਜਿੱਦਾਂ ਅਸੀਂ ਚੱਲਦੇ ਤੁਹਾਨੂੰ ਹੋਰ ਹੋਰ ਨੌਲੇਜ ਦਿੰਦੇ ਆ। ਇਸ ਵੇਲੇ ਪਹੁੰਚ ਚੁੱਕੇ ਹਾਂ ਕਲਰਸ਼ੋਮ ਦੇ ਮਿਊਜ਼ੀਅਮ ਦੇ ਵਿੱਚ। ਕਲਰਸ਼ੋਮ ਦਾ ਫਸਟ ਸਕੂਲ ਜਿਹੜਾ 1903 ਦਾ, ਓ ਮਾਈ ਗਾਡ, 1903 ਦੇ ਵਿੱਚ ਇਹ ਸਕੂਲ ਬਣਿਆ ਸੀ। ਥੋੜ੍ਹੇ ਜਿਹੇ ਬੰਦੇ ਹੋਊਗੇ ਕਿੰਨੇ ਰਹਿੰਦੇ ਹੋਊਗੇ ਇੱਥੇ, ਲੇਕਿਨ 1903 ਦੇ ਵਿੱਚ ਇਹ ਜਿਹੜਾ ਸਕੂਲ ਆ ਇਹ ਚਾਲੂ ਕੀਤਾ ਗਿਆ ਪੜ੍ਹਨ ਦੇ ਲਈ। ਇਸ ਟਾਊਨ ਦੇ ਵਿੱਚ ਤੁਹਾਨੂੰ ਸਕੂਲ ਵੀ ਮਿਲ ਜੂਗਾ, ਹੋਸਪਿਟਲ ਵੀ ਹੈਗਾ, ਸੀਨੀਅਰ ਹੋਮਸ ਵੀ ਹੈਗਾ ਆ, ਰੈਸਟੋਰੈਂਟ ਵੀ ਹੈਗੇ ਆ, ਇਸ ਟਾਊਨ ਦੇ ਵਿੱਚ ਕਮਿਊਨਿਟੀ ਸੈਂਟਰ ਵੀ ਹੈਗਾ ਆ, ਹਰ ਚੀਜ਼ ਅਵੇਲੇਬਲ ਆ। ਸਿਰਫ ਤਾਂ ਸਿਰਫ ਆਪਣੇ ਲੋਕਾਂ ਦੇ ਪਹੁੰਚਣ ਦੀ ਗੱਲ ਆ, ਇੱਥੇ ਪਹੁੰਚ ਕੇ ਆਪਣਾ ਬਿਜ਼ਨਸ ਕਰੋ, ਇੱਥੇ ਪਹੁੰਚ ਕੇ ਆਪਣੀਆਂ ਫੈਮਿਲੀਜ਼ ਨੂੰ ਗਰੋ ਕਰੋ ਐਂਡ ਕੈਨੇਡਾ ਦੇ ਬਿਊਟੀਫੁੱਲ ਇਨਵਾਇਰਮੈਂਟ ਨੂੰ ਇੰਜੋਏ ਕਰੋ।